ਜਿੰਨਾ ਗੁੜ ਪਾਵੋ ਓਨਾ ਮਿੱਠਾ। ਹਾਂ ਬਿਲਕੁਲ, ਜੇ ਬਾਰੀ ਲੈਣੀ ਹੈ ਤਾਂ ਵਜ਼ਨ ਵੱਧ ਹੋਣਾ, ਜੇ ਹੌਲੀ ਲੈਣੀ ਤਾਂ ਵਜ਼ਨ ਘੱਟ ਹੋਣਾ। ਘੱਟ ਹੋਣਾ, ਇਹ ਗੱਲ ਸੱਚੀ ਹੈ। ਠੀਕ ਹੈ, ਤੇ ਮਾਲ ਮੰਗਾਉਂਦੇ ਨੇ। ਹਾਂਜੀ, ਅੱਲਾ ਦੇ ਹੁਕਮ ਦੇ ਨਾਲ ਜਿਹੜਾ ਮਾਲ ਵਿਖਾਵਾਂਗੇ, ਜਿਹੜਾ ਪਸੰਦ ਕਰੇਗਾ ਉਹ ਮਾਲ ਜਾਵੇਗਾ ਘਰ। ਬਿਲਕੁਲ ਸਹੀ, ਅਗਰ ਉਹ ਮਾਲ ਨਾ ਜਾਵੇ ਅਸੀਂ ਉਹਦੇ ਜਵਾਬਦਾਰ ਹੋਵਾਂਗੇ। ਬਿਲਕੁਲ ਸਹੀ, ਠੀਕ ਹੈ। ਉਹ ਘਰ ਜਾ ਕੇ ਵੀ ਕਿਰਾਇਆ ਖਰਚਾ ਅਸੀਂ ਭਰਾਂਗੇ, ਵਾਪਸ ਲੱਦ ਕੇ ਲੈ ਆਵੇ ਸਾਡੇ ਬੂਹੇ ਤੇ। ਬਿਲਕੁਲ ਸਹੀ, ਠੀਕ ਹੈ। ਇਹ ਗੱਲਾਂ ਜਿਹੜੀਆਂ ਦੱਸਾਂ ਮੈਂ ਕਰਨ ਡਿਆ, ਕੋਈ ਯੂਟਿਊਬਰ ਕਰਦਾ ਤੇ ਮੇਰੇ ਸਾਹਮਣੇ ਆਣ ਕੇ ਪਾ। ਗੱਲ ਸੱਚੀ ਹੈ, ਠੀਕ ਹੈ। ਕੋਈ ਬੰਦਾ ਯੂਟਿਊਬ ਤੇ ਜਿਹੜਾ ਕਾਰੋਬਾਰ ਬੰਦਾ ਕਰਦਾ ਹੈ ਨਾ, ਉਹ ਗੱਲ ਸੱਚੀ ਨਹੀਂ ਕਰੇਗਾ। ਨਹੀਂ ਕਰੇ। ਮੈਂ ਇਹ ਗੱਲ ਕਰਨਾ, ਮੇਰੇ ਕੋਲ ਮੋਟੀਆਂ ਝੋਟੀਆਂ ਵੀ ਬਚੀਆਂ ਨੇ, ਇੱਕ ਦੋ ਝੋਟੀਆਂ ਪਤਲੀਆਂ ਨੇ। ਮੈਂ ਇਹ ਆਨਾ ਕਿ ਭਰਾਵਾਂ ਦਾ ਫਾਇਦਾ ਹੋਵੇ। ਹਾਂਜੀ, ਠੀਕ ਹੈ ਯਾਰ। ਸਾਨੂੰ ਤਾਂ ਜੋ ਰਿਜ਼ਕ ਅੱਲਾ ਪਾਕ ਨੇ ਦੇਣਾ ਦੇਣਾ ਹੀ ਦੇਣਾ, ਦੇਣਾ ਦੇਣਾ, ਠੀਕ ਹੈ। ਜਿਹੜੇ ਬੰਦੇ ਲੈ ਕੇ ਜਾਂਦੇ ਨੇ ਕੱਲ ਨੂੰ ਫਿਰ ਦੁਬਾਰਾ ਆਵਣਗੇ, ਦੁਬਾਰਾ ਆਵਣ, ਸਹੀ ਗੱਲ ਹੈ। ਜੇ ਅਗਰ ਕਿਸੇ ਨੂੰ ਕੋਈ ਸ਼ਾਇਦ ਦੋ ਆਨੇ ਬਚਣਗੇ ਤੇ ਆਵੇਗਾ। ਬਿਲਕੁਲ, ਇਹਦੀ ਗੱਲ ਅੱਲਾ ਪਾਕ ਦਾ ਸ਼ੁਕਰ ਹੈ ਜਿਹੜਾ ਲੈ ਕੇ ਜਾਂਦਾ ਰਿਜ਼ਕ ਅੱਲਾ ਉਹਨੂੰ ਦਿੰਦਾ ਦਿੰਦਾ, ਲੇਕਿਨ ਪਤਲੀ ਝੋਟੀ ਲਿੱਸੀ ਝੋਟੀ ਦਾ ਬੜਾ ਹੀ ਫਾਇਦਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਸ਼ੁਰੂ ਅੱਲਾ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਹਾਇਤ ਰਹਿਮ ਕਰਨੇ ਵਾਲਾ ਹੈ। ਦੋਸਤੋ, ਬਜ਼ੁਰਗੋ, ਆਪ ਦੇਖ ਰਹੇ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਅਫੀਸ਼ਲ ਵਿਦ ਏਜੀ ਅਦਰਹਾ, ਫੇਸਬੁੱਕ ਪੇਜ ਵੀ ਹੈ। ਮੈਂ ਇਸ ਵਕਤ ਮੌਜੂਦ ਹੂੰ ਰਾਏ ਮੁਹੰਮਦ ਤੱਕ ਜਵੇਦ ਸਾਹਿਬ ਕੇ ਡੇਰੇ ਪਰ। ਤੋ ਤਾਰੀਖ ਨੋਟ ਕਰ ਲੈਂ, 8 June 2024 ਦਿਨ ਹੈ ਹਫਤੇ ਕਾ। ਤੋ ਯਹਾਂ ਪਰ ਗੱਬਨ ਜੋਠੀਓਂ ਕਾ ਮੇਲਾ ਸਜ ਚੁੱਕਾ ਹੈ। ਸਾਥ ਯੇ ਗਾਏ ਵੀ ਨਜ਼ਰ ਆ ਰਹੀ ਹੈ, ਔਰ ਕੱਠੇ ਵੀ ਨਜ਼ਰ ਆ ਰਹਾ, ਔਰ ਯੇ ਬਛੜਾ ਵੀ ਨਜ਼ਰ ਆ ਰਹਾ ਹੈ। ਕੋਈ ਬਛੜੇ ਵੀ ਲੈਣਾ ਚਾਹ ਰਹਾ ਹੈ ਤੋ ਬਛੜੇ ਵੀ ਇਨਸੇ ਖਰੀਦ ਸਕਤਾ ਹੈ। ਤੋ ਮਾਸ਼ਾਅੱਲਾ, ਜਲਦੀ ਕਰੇਂ, ਨਹਾਇਤ ਹੀ ਖੂਬਸੂਰਤ ਕੱਦ ਕਾਠ ਮੇ ਗੱਬਨ ਜੋਠੀਆਂ ਦਸਤਯਾਬ ਹੈ। ਮਾਸ਼ਾਅੱਲਾ, ਕਿਆ ਕਹਿਣੇ। ਤੋ ਕਾਫੀ ਦਿਨੋਂ ਕੇ ਬਾਅਦ ਦੁਬਾਰਾ ਆਪਕੀ ਖਿਦਮਤ ਮੇ ਹਾਜ਼ਰ ਹੋਏ ਹੈ। ਤੋ ਚਲਤੇ ਹੈ ਇਸ ਬਾਈ ਕੇ ਪਾਸ, ਔਰ ਉਨ੍ਹੀਂ ਕੀ ਜ਼ਬਾਨੀ ਸਭ ਕੁਛ। ਵੀਡੀਓ ਕੋ ਆਗੇ ਪਿੱਛੇ ਨਹੀਂ ਕਰਨਾ, ਵੀਡੀਓ ਕੋ ਮੁਕੰਮਲ ਦੇਖਣਾ ਹੈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਸੁਣੇ ਵੀਰ, ਕੀ ਹਾਲ ਹੈ? ਪਾਕ ਦਾ ਸਾਮ, ਤੂੰ ਸੁਣਾ ਜੀ। ਅਲਹਮਦੁਲਿਲਾ, ਤਬੀਅਤ ਸੇ ਠੀਕ ਹੈ? ਪਰ ਅੱਲਾ ਪਾਕ ਦਾ, ਤੂੰ ਸੁਣਾ ਸੇ ਜੀ, ਠੀਕ ਹੈ? ਅਲਹਮਦੁਲਿਲਾ। ਸਭ ਤੋਂ ਪਹਿਲਾਂ ਮੇਰੇ ਵੇਖਣ ਨੂੰ ਆਪਣਾ ਦਾ ਆਪਣੇ ਇਲਾਕੇ ਦਾ ਜ਼ਰਾ ਤਾਰਫ ਕਰਵਾ ਦਿਓ। ਮੈਂ ਪਹਿਲੇ ਤੇ ਭਰਾਵਾਂ ਨੂੰ ਸਲਾਮ ਅਲੈਕੁਮ ਕਹਿੰਦੇ ਆ। ਉਹ ਸੁਣਦੇ ਜਨਾਬ ਜਿਹੜੇ ਪਾਕਿਸਤਾਨ ਨੇ, ਜਿਹੜੇ ਪਾਕਿਸਤਾਨ ਤੋਂ ਬਾਹਰ ਨੇ। ਨਾ ਮੇਰਾ ਰਾਏ ਆਕਬ ਜੁਏ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਪਿੰਡ ਜਸਲਾਣੀ ਮੋੜ। ਅੱਛਾ ਜੀ। ਨਨਕਾਣਾ 16 ਕਿਲੋਮੀਟਰ ਹੈ, ਸ਼ੇਖਪੁਰਾ 30 ਕਿਲੋਮੀਟਰ, ਫੈਸਲਾਬਾਦ 70 ਕਿਲੋਮੀਟਰ, ਫਿਰੋਜ਼ ਵਟਵਾਂ ਲੱਗਦਾ। ਜੇਕਰ ਮੇਰਾ ਭਰਾ ਸਿਆਲਕੋਟ ਨੂੰ ਗੁਜਰਾਂ ਵਾਲੇ ਆਉਂਦਾ, ਸ਼ੇਖਪੁਰੇ ਫੈਸਲਾਬਾਦ ਰੋਡ ਤੇ ਲੱਗੇ, ਫਿਰੋਜ਼ ਵਟਵਾਂ ਆਏਗਾ। ਅਗਰ ਕੋਈ ਫੈਸਲਾਬਾਦ ਵਾਲੀ ਸਾਈਡ ਤੋਂ ਆਉਂਦਾ ਤਾਂ ਫਿਰ ਵੀ ਫਿਰੋਜ਼ ਵਟਵਾਂ ਲੱਗੇਗਾ। ਹਾਂਜੀ। ਅਗਰ ਕੋਈ ਮੁਲਤਾਨੋਂ ਆਉਂਦਾ ਨਨਕਾਣਾ ਇੰਟਰਚੇਂਜ ਉਤਰੇ, ਨਨਕਾਣਾ ਇੰਟਰਚੇਂਜ ਉਤਰ ਕੇ ਜਿੰਨਾ ਕੁ ਮਰਜ਼ੀ ਪਹਿਲਾਂ ਜਸਲਾਣੀ ਮੋੜ ਜਾਣਾ, ਠੀਕ ਹੋ ਗਿਆ। ਚੰਗਾ ਮਾਲ ਤਿਲ ਬਣਾ, ਕਿਉਂਕਿ ਮੈਂ ਸ਼ੁਰੂ ਤੱਕ ਜਦੋਂ ਦੀ ਵੀਡੀਓ ਬਣਾਉਣ ਲੱਗਾ ਨਾ, ਉਦੋਂ ਦੀ ਇਹੋ ਹੀ ਗੱਲਾਂ ਨੇ ਆਪਣੀਆਂ। ਹਾਂਜੀ, ਇਹਦੀ ਗੱਲ ਹੈ, ਠੀਕ ਹੈ। 8 ਦਿਨ ਦੀ ਸਾਡੀ ਗਰੰਟੀ ਹੋਵੇ ਕਿ ਫੰਡਰ ਕੱਪਣ ਦੀ। ਹਾਂਜੀ। ਅਗਰ ਕੋਈ ਡਾਕਟਰ ਨਾਲ ਲਿਆਉਂਦਾ 100 ਵਾਰੀ ਨਾਲ ਲਿਆਵੇ, ਬਿਸਮਿਲ੍ਲਾ ਨਾਲ ਆਵੇਗਾ, ਸਾਡੀ ਟੈਨਸ਼ਨ ਖਤਮ ਹੋਵੇਗੀ। ਹਾਂ, ਇਹ ਤਾਂ ਗੱਲ ਸਹੀ। ਅਗਰ ਕੋਈ ਗਰਲ ਜਾ ਕੇ ਚੈੱਕ ਕਰਾਉਂਦਾ 8 ਦਿਨਾਂ ਦੀ ਕਰਸੀ ਜ਼ਿੰਮੇਦਾਰ ਹੈ, 9ਵੇਂ ਦਿਨ ਜ਼ਿੰਮੇਦਾਰ ਕੋਈ ਨਹੀਂ। ਸਹੀ। ਅਗਰ ਮੇਰੀ ਜੋਟੀ 10 ਤੋਂ 15 ਦਿਨ ਤੱਕ ਯੋਰ ਮਾਰਦੀ ਹੈ ਫਿਰ ਵੀ ਵਾਪਸੀ, ਯੋਰ ਦਾ ਮਤਲਬ ਇਹ ਹੁੰਦਾ ਕਿ ਪਿੱਛਾ ਮਾਰਦੀ ਹੈ, ਪਿੱਛਾ ਮਾਰ, ਠੀਕ ਹੈ। ਉਹਦੇ ਅਸੀਂ 15 ਦਿਨ ਤੱਕ ਜਵਾਬਦਾਰ ਹੈ, ਕਿਰਾਇਆ ਵੀ ਦੇਵਾਂਗੇ, ਖਰਚਾ ਵੀ ਦੇਵਾਂਗੇ, ਤਬਦੀਲ ਕਰਕੇ ਵੀ ਦੇਵਾਂਗੇ। ਬਿਲਕੁਲ ਸਹੀ, ਠੀਕ ਹੋ ਗਿਆ। ਬਕਾਇਆ ਜਿਹੜੇ ਨੇ ਨਾ, ਮਾਲ ਥੋੜਾ ਜਿਹਾ ਪਿੱਛੋਂ ਮਹਿੰਗਾ, ਰੇਟ ਵਧਾਏ ਹੋਏ ਨੇ, ਠੀਕ ਹੋ ਗਿਆ।
ਲੋਕਾਂ ਕੋਲ ਮਾਲ ਹੀ ਕੋਣੀ, ਲੋਕਾਂ ਕੋਲ ਜਾਣਗੇ ਮਾਲ ਕਿਸੇ ਕੋਲ ਵੀ ਨਹੀਂ, ਠੀਕ ਹੈ। ਇਹ ਇੱਥੇ ਮਾਲ ਬੱਚਾ ਇੱਥੇ ਤਕਰੀਬਨ 100 ਜਾਨਵਰ ਮੌਜੂਦ ਹੋਵੇਗਾ, ਠੀਕ ਹੋ ਗਿਆ। 24 ਗਹਿਣੇ ਜਦੋਂ ਮਰਜ਼ੀ ਆਵਣ, ਕੁਰਬਾਨੀ ਦਾ ਕਰਕੇ ਜਨਾਬ ਰੇਟ ਵਧਿਆ ਨੇ, ਕਿਉਂਕਿ 20,000 ਰੁਪਇਆ ਨਾਲ ਛੋਟੀ ਮਹਿੰਗੀ ਹੈ ਜੀ ਪਿੱਛੋਂ, ਠੀਕ ਹੈ, ਕਿਉਂਕਿ ਪਿਸ਼ਾਵਰ ਵਿਕਦੀ ਛੋਟੀ ਪਈ ਹੈ ਫੰਡਰ, ਠੀਕ ਹੈ, ਤੇ ਫੰਡਰਾਂ ਛੋਟੀਆਂ ਜਿਹੜੇ ਬੰਦੇ ਘਬੜਾ ਵੇਚਣ ਡੇ ਨੇ ਫੰਡਰਾਂ ਲਾਉਣ ਡੇ ਨੇ ਉਹਨੂੰ 20,000 ਮਹਿੰਗੀ ਦਿੰਦੀ ਹੈ, ਉਹ ਕਹ ਸਾਨੂੰ 20,000 ਮਹਿੰਗੀ ਦਿੰਦੇ ਪਏ, ਹਾਂ ਸਹੀ, ਠੀਕ ਹੈ। ਇਸ ਗੱਲ ਦਾ ਵੀ ਭਰਾਵਾਂ ਨੂੰ ਪਤਾ ਕਿ ਜਦੋਂ ਜਾਨਵਰ ਪਿੱਛੋਂ ਮਹਿੰਗਾ ਆਉਂਦਾ ਮਹਿੰਗਾ ਕਰੀਦਾ, ਜਦੋਂ ਪਿੱਛੋਂ ਸਸਤਾ ਆਉਂਦਾ ਸਸਤਾ ਵੀ ਕਰ ਦੇਈਦਾ, ਬਿਲਕੁਲ ਸਹੀ ਗੱਲ, ਜਾਨਵਰ ਲਓ ਜੀ ਕਰੋ ਜੀ ਸ਼ੌਕ, ਮਾਸ਼ਾਅੱਲਾ ਜੀ ਸਾਹਿਬ, ਮਾਸ਼ਾਅੱਲਾ, ਤਕਰੀਬਨ 7.5 ਮਹੀਨੇ ਦੀ ਛੋਟੀ ਕੱਪਣ ਹੈ, 7.5 ਮਹੀਨੇ ਦੀ, 7.5 ਮਹੀਨੇ ਦੀ, ਮਾਸ਼ਾਅੱਲਾ, ਇੱਕ ਛੋਟੀ ਦਾ ਪੁੱਛਾ ਚੈੱਕ ਕਰੋ ਜੀ, ਰੇਂਜਾ ਲਾਓ ਜੀ, ਮਾਸ਼ਾਅੱਲਾ ਕਿਆ ਬਾਤ ਹੈ, ਵਾਹ ਜੀ ਵਾਹ, ਜਿਹੜੀ ਦੱਸਾਂਗੇ ਮਾਫੀ ਹੈ, ਜ਼ਿਆਦਾ ਟਾਈਮ ਹੀ ਫਰਕ ਨਿਕਲੇ ਡਾਕਟਰ ਨਾਲ ਲਿਆਵਣ, ਘਰ ਜਾ ਕੇ ਚੈੱਕ ਕਰਾਵਣ, ਜ਼ਿਆਦਾ ਟਾਈਮ ਹੀ ਫਰਕ ਨਿਕਲੇ ਕਾਲ, ਤੁਸੀਂ ਟਾਈਮ ਸਾਨੂੰ 4 ਦਾ ਦੱਸਿਆ, 2:30 ਦਾ ਨਿਕਲਿਆ, ਜਾਂ 2 ਦਾ ਨਿਕਲਿਆ, ਅਸੀਂ ਉਹਦੇ ਜਵਾਬਦਾਰ ਹੈ, ਬਿਲਕੁਲ ਸਹੀ, ਉਹ 2-4-5-10 ਦਿਨ ਦਾ ਵਾਧਾ ਘਾਟਾ ਹੋ ਸਕਦਾ। ਵਜ਼ਨ ਨਾਲ ਨਾ ਦੱਸੀ ਜਾਏ, 400 ਕਿਲੋ ਤਸਲੀ ਦੇ ਨਾਲ ਚੈੱਕ ਕਰੋ, ਜੋੜੀ ਚੈੱਕ ਕਰੋ, ਮਾਸ਼ਾਅੱਲਾ, ਜੋੜੀ ਦਾ ਸਿਰ ਤੇ ਲੋਕ ਕੈਮਰਾ, ਮਾਸ਼ਾਅੱਲਾ, ਠੀਕ ਹੈ, ਉਹ ਥੱਲੇ ਤੇ ਲੋਕ ਕੈਮਰਾ, ਬਸ ਸਾਡੇ ਕੋਲ ਨਹੀਂ ਆਉਂਦੇ, ਹਾਂ ਚੈੱਕ ਕਰੋ, ਠੀਕ ਹੋ ਗਿਆ, ਅਗਰ ਸਾਹਿਬ ਕਈ ਬਰਾ ਸਾਡੇ ਨਹੀਂ ਆਉਂਦੇ, ਹਾਂਜੀ ਮਾਸ਼ਾਅੱਲਾ, ਸਾਡੇ ਕੋਲ ਵੀਡੀਓ ਤੇ ਮਾਲ ਮੰਗਾਉਂਦੇ ਨੇ, ਹਾਂਜੀ, ਅੱਲਾਹ ਦੇ ਹੁਕਮ ਦੇ ਨਾਲ ਜਿਹੜਾ ਮਾਲ ਵਿਖਾਵਾਂਗੇ, ਜਿਹੜਾ ਪਸੰਦ ਕਰੇਗਾ ਉਹ ਮਾਲ ਜਾਵੇਗਾ ਘਰ, ਬਿਲਕੁਲ ਸਹੀ, ਅਗਰ ਉਹ ਮਾਲ ਨਾ ਜਾਵੇ ਅਸੀਂ ਉਹਦੇ ਜਵਾਬਦਾਰ ਹੋਵਾਂਗੇ, ਬਿਲਕੁਲ ਸਹੀ, ਠੀਕ ਹੈ, ਉਹ ਘਰ ਜਾ ਕੇ ਵੀ ਕਿਰਾਇਆ ਖਰਚਾ ਸੀ ਭਰਾਂਗੇ ਵਾਪਸ ਲੱਦ ਕੇ ਲੈ ਆਵੇ ਸਾਡੇ ਬੂਹੇ ਤੇ, ਬਿਲਕੁਲ ਸਹੀ, ਠੀਕ ਹੈ, ਛੋਟੀ ਦੇ ਸਿਰ ਤੇ ਕੈਮਰਾ, ਮਾਸ਼ਾਅੱਲਾ ਕਿਆ ਬਾਤ ਹੈ ਜੀ, ਬਰੀਕ ਬੁੱਧੀ, ਮਾਸ਼ਾਅੱਲਾ ਕਿਆ ਕਹਿਣੇ ਜੀ, ਵਾਹ ਜੀ ਵਾਹ, ਲਓ ਜੀ ਸ਼ੌਕ ਕਰੋ, ਤਕਰੀਬਨ 10 ਕਮਾਨ ਹੋ ਜਾਏ ਜੀ, 10 ਮਾਨ ਹੋ ਜਾਏ ਜੀ, 10 ਮਾਨ ਜਾਂ 5 ਕਿਲੋ ਘਟਦਾ ਨਹੀਂ, ਵਾਹ ਜਾਏ ਜੀ, ਲਓ ਜੀ ਵਜ਼ਨ ਤਾਂ 10 ਮਾਨ ਹੋ ਜਾਏਗੀ, ਲਓ ਜੀ ਇੱਕ ਹੋਰ ਜੁੜ ਗਿਆ, ਮਾਸ਼ਾਅੱਲਾ ਜੀ, ਬਰੀਕ ਬੁੱਧੀਆਂ, ਮਾਸ਼ਾਅੱਲਾ, ਬਿਲਕੁਲ ਲੰਮੀ ਕੱਦ ਕਾਢ ਵੀ, ਮਾਸ਼ਾਅੱਲਾ, ਇਹ ਚੀਜ਼ਾਂ ਵੇਖ, ਬਰੀਕ ਚਮੜੀ, ਇਹ ਸ਼ੁਰੂ ਤੋਂ ਕਾਢ ਗਈ ਨਹੀਂ, ਇਹ ਚੀਜ਼ਾਂ ਅਸੀਂ ਲੈ ਕੇ ਦਿੰਦੇ ਆ ਬਰੀਕ ਚਮੜੀ ਵਾਲੀ, ਬਿਲਕੁਲ ਇੰਜ ਗੱਲ ਹੈ, ਇੰਜ ਇੰਜ, ਮਾਸ਼ਾਅੱਲਾ ਜੀ, ਲਓ ਜੀ ਮੈਂ ਥੱਲੇ ਵਿਖਾ ਲਵਾਂ ਜੀ, ਤਾਂ ਕਿ ਇਹ ਤੇ ਲੰਬਾਈ ਪਹਿਲੇ ਚੈੱਕ ਕਰੋ, ਇੱਕ ਮਿੰਟ, ਹਾਂਜੀ ਹਾਂ ਲੰਬਾਈ ਆ ਵੇਖੋ, ਮਾਸ਼ਾਅੱਲਾ, ਹੋਣਾ ਵੇਖੋ, ਮਾਸ਼ਾਅੱਲਾ, ਥਣ ਨੇ ਕਿ ਲਾਟੂ ਨੇ ਜਾਂ ਪੀੜੀ ਦੇ ਪਾਵੇ ਨੇ, ਚਲੋ ਕੱਲ ਥਣ ਕੱਲਾ ਕੱਲਾ ਥਣ ਹੋਵੇਗਾ, 5 ਮਹੀਨੇ ਦੀ ਛੁੱਟੀ ਕੱਪੜ ਹੈ, ਠੀਕ ਹੋ ਗਿਆ, ਕੱਲਾ ਕੱਲਾ ਥਣ ਹੋਵੇਗਾ, ਕੋਈ ਨੁਕਸਾਨ ਹੋਵੇਗਾ ਤਾਂ ਅਸੀਂ ਉਹਦਾ ਜਵਾਬ ਦਾ, ਸਹੀ ਹੋ ਗਿਆ ਜੀ, ਠੀਕ ਹੈ, ਕਰ ਗਈ ਵੀ ਵਾਪਸ, ਵਾਹ ਜੀ ਵਾਹ, ਕਿਆ ਕਹਿਣੇ ਬਾਈ ਦੇ, ਮਾਸ਼ਾਅੱਲਾ, ਤਸਲੀਆਂ ਕਰੇ, ਅੱਜ ਸ਼ੌਕ ਕਰਵਾਉਣਾ ਫਿਰ ਬਾਬਾ ਜੀ ਨਾਲ, ਕਾਲੀ ਸ਼ਾਹ ਛੋਟੀ ਤੇ ਲੰਬਾਈ 11 ਫੁੱਟ ਤਕਰੀਬਨ, ਮਾਸ਼ਾਅੱਲਾ, ਕਿਆ ਕਹਿਣੇ ਜੀ, ਕੱਦ ਕਾੜ ਰਾਜਸਥਾਨ ਤੋਂ ਉੱਚੀ ਨਿਕਲੀ ਹੋਈ ਜੀ, ਮਾਸ਼ਾਅੱਲਾ, ਵਾਹ ਜੀ ਵਾਹ, ਮਾਸ਼ਾਅੱਲਾ, ਇੰਨਾ ਪੈਸਾ ਦੇਣਾ,
ਮਾਸ਼ਾਅੱਲਾ ਜੀ, ਇਹਦਾ ਵਜ਼ਨ ਤਕਰੀਬਨ ਕਿੰਨਾ ਹੋਇਆ, ਕਿੰਨੇ ਮਹੀਨੇ ਦੀ? ਤਕਰੀਬਨ ਹੈ ਥੋੜੀ ਜਿਹੀ ਪਤਲੀ ਜੁੱਤੀ, ਇਹਦਾ 410-420 ਕਿਲੋ ਸਹੀ ਹੋ ਗਿਆ ਜੀ। ਮਾਸ਼ਾਅੱਲਾ, ਵਾਹ ਜੀ ਵਾਹ, ਰਾਏ ਸਾਹਿਬ ਵਾਹ, ਨਹੀਂ ਰੀਸਾ ਰਾਏ ਆਕਬ ਜਵੇਦ ਦੀਆਂ, ਮਾਸ਼ਾਅੱਲਾ, ਹਾਏ 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 ਹਾਏ, ਪਟੋਲੇ ਕੱਢੀ ਲਿਆਣਾ ਅੱਜ, ਮਾਸ਼ਾਅੱਲਾ, ਵਾਹ ਜੀ ਵਾਹ, ਵਾਹ ਵਾਹ, ਦਿਨਾਂ ਬਾਅਦ ਆਏ ਤੇ ਛਾਕ ਮਾਲ ਕਿਆ ਬਾਤ ਹੈ ਜੀ, ਮਾਸ਼ਾਅੱਲਾ, ਲਓ ਜੀ ਚੈੱਕ ਕਰੋ ਜੀ, ਲੰਮੀ ਵੇਲ ਚੈੱਕ ਕਰੋ, ਮਾਸ਼ਾਅੱਲਾ ਜੀ, ਹਾਏ ਹਾਏ, ਦੌੜ ਚਾਲ ਚੈੱਕ ਕੀਤੀ ਹੋ, ਤਾਂ ਕਿ ਸਲੀ ਕੀਤੀ ਹੋ, ਸ਼ੌਕ ਕੀਤੀ ਹੋ, ਚੀਜ਼ ਵੇਖਣੀ ਹੈ ਚੀਜ਼ਾਂ ਅਦਰ ਸਾਹਿਬ, ਹਾਂ ਲੱਕਾ ਫਿਰ ਕੇ ਆ ਜਾਵਣ, ਇੱਥੇ ਲੱਭਣੀਆਂ ਨੇ, ਇੱਥੇ ਹੀ ਲੱਭਣੀਆਂ ਨੇ, ਠੀਕ ਹੈ, ਜਿੱਦਾਂ ਕੋ ਮਰਜ਼ੀ ਵਗ ਜਾਵਾਂ, ਹਾਂ ਠੀਕ ਹੈ, ਲੇਕਿਨ ਫਿਰ ਫਰਾਗ ਇੱਥੇ ਹੀ ਆਉਣਾ ਪੈਣਾ, ਹਾਂ ਰਾਏ ਦੇ ਨੇੜੇ ਤੇ ਆਣਾ, ਪਹਿਲੇ ਬਿਹਤਰ ਇੱਕ ਟਰੱਕ ਗੱਡੀ ਨੂੰ ਸਲਾ ਮਾਰਨ ਦੇ ਇੱਥੇ ਹੀ ਆਵਾਂ, ਹਾਂ ਕੀ ਬਾਤ ਹੈ, ਅਬਦੁੱਲਾ ਕੱਟਾ ਫਾਰਮ ਦੀ ਲੋਕੇਸ਼ਨ ਲਾਵਣ, ਠੀਕ ਹੈ, ਚੁੱਪ ਕਰਕੇ ਉਰਾ ਆ ਜਾ, ਹੈ ਸਲਾਦਾ ਹੀ, ਫਿਰ ਕੇ ਆਉਣਾ ਤੇ ਅਸੀਂ ਯਾਰ ਵੀਡੀਓ ਦੇ ਹੀ ਗੱਲ ਕਰਨੇ ਆ, ਕਿਆ ਬਾਤ ਹੈ, ਵਾਹ ਵਾਹ, ਦਿਨ ਹੋ ਗਿਆ ਥੋੜਾ ਖੜਕਿਆ ਨੀ ਮੰਮੀ, ਚਲੋ ਆਈ ਕਣਕ ਅੱਜ ਖੜਕਿਆ ਜੀ, ਮਾਸ਼ਾਅੱਲਾ, ਵਾਹ ਜੀ ਵਾਹ, ਸਾਡੇ ਡਾਕਟਰ ਸਾਹਿਬ ਨੇ ਲੁੱਕ ਗਿਆ ਜੀ, ਮੌਕੇ ਤੇ ਸਾਡੇ ਕੋਲ ਮੌਜੂਦ ਹੁੰਦੇ ਨੇ, ਹਾਂਜੀ ਮਾਸ਼ਾਅੱਲਾ ਜੀ, ਕੀ ਬਾਤ ਹੈ ਜੀ, ਕੀ ਬਾਤ ਹੈ, ਮਾਸ਼ਾਅੱਲਾ, ਚਾਹੁੰਦੇ ਹੋਣ ਸਾਡਾ ਡਾਕਟਰ ਮੌਕੇ ਤੇ ਪਾਸ ਕਰੇਗਾ, ਅਗਰ ਆਪਣਾ ਡਾਕਟਰ ਨਾਲ ਲੈ ਕੇ ਤੁਸੀਂ ਵਾਜਾ ਮੈਸੇਜ ਦੇ ਰਹੇ ਜੇ ਆਪਦਾ ਵੀ ਡਾਕਟਰ ਲੈ ਕੇ ਆਓ, ਨਹੀਂ ਤਾਂ ਫਿਰ ਰਾਜ ਸਾਹਿਬ ਦਾ ਡਾਕਟਰ ਮੌਜੂਦ ਹੁੰਦਾ, ਉਹ ਵੀ ਜੇ ਸਲੀ ਕਰਕੇ ਦੇਗਾ, ਮਾਸ਼ਾਅੱਲਾ, ਤਾਂ ਕਿ ਸ਼ਿਕਵਾ ਟੈਨਸ਼ਨ ਸਾਰੀ ਖਤਮ ਹੋਵੇ, ਵਾਹ ਜੀ, ਡਾਕਟਰ ਵੇਖੋ ਨਾ, ਡਾਕਟਰ ਸਾਹਿਬ ਝੂਠ ਤਾਂ ਨਹੀਂ ਬੋਲ ਸਕਦਾ, ਨਹੀਂ ਬੋਲ, ਕਿਉਂਕਿ ਉਹਨੇ ਆਪਣੀ ਕਬਰ ਵੰਡਣਾ ਸੀ, ਆਪਣੀ ਵੰਡਣਾ, ਬੇਸ਼ੱਕ ਉਹਨੇ ਆਪਣਾ ਸਾਥ ਦੇਣਾ ਸੀ, ਆਪਣਾ ਦੇਣਾ, ਬੇਸ਼ੱਕ, ਠੀਕ ਹੈ, ਇੱਥੋਂ ਜੀ ਚੈੱਕ ਹੋ ਜਾਣਗੇ ਨੇ, ਇਹ ਡਾਕਟਰ ਤੋਂ ਕੋਈ ਇੱਕ ਮਸਾਲ ਚੈੱਕ ਕਰਾਉਂਦੇ ਨੇ, ਘਰ ਜਾ ਕੇ ਫਿਰ ਵੀ ਤਾਂ ਸ਼ੱਕਣ ਲੈ ਕੇ ਜਿੰਨਾ ਪੈਸੇ ਫੜਨੇ ਨੇ ਕਮਰਾ, ਠੀਕ ਹੈ, ਅਗਰ ਸਾਡਾ ਡਾਕਟਰ ਗਲਤ ਹੋਵੇਗਾ ਅਸੀਂ 11 ਗੁਣੇ ਦੇਵਾਂਗੇ, ਸਹੀ ਹੈ, ਅਗਰ ਉਹ ਦੱਸਦਾ ਨਾ ਖਾਲੀ ਨੂੰ ਗੱਬਣ ਕਰੇਗਾ ਨਾ, ਜਾ ਕੇ ਚੈੱਕ ਕਰਨਗੇ, ਉਹ ਖਾਲੀ ਹੋਵੇਗੀ ਤਾਂ 11 ਗੁਣੇ ਦੇਵਾਂਗੇ, ਜੀ ਹਾਂ ਸ਼ਹਿਜ਼ਾਦਿਆ, 11 ਗੁਣਾ, ਹਾਂਜੀ, ਚਲਾਓ ਜੀ, ਵਾਹ ਜੀ ਵਾਹ, ਕੀ ਬਾਤ ਹੈ,
क्या बात है माशाल्लाह, चेक करो जी 400 kg। वाह जी, सिर्फ 10 मन 10 मन खावत मैं अपने तरीके वहा रहा माशाल्लाह, क्या बात है, वाह जी वाह जी वाह माशाल्लाह, कद काट लम्मी वेल ਜੋਟੀ ਚੈੱਕ ਕਰੋ ਨਵਾਬ ਜੋਟੀ, ਤਸੱਲੀ ਕਰੋ ਮਾਸ਼ਾਅੱਲਾ। ਲਓ ਜੀ ਇੱਕ ਹੋਰ ਆਈ ਮਾਸ਼ਾਅੱਲਾ ਜੀ, ਕਿਆ ਕਹਿਣੇ ਕਿਆ ਕਹਿਣੇ ਰਾਏ ਸਾਹਿਬ ਤੁਹਾਡੇ, ਹਾਏ 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 ਹਾਏ, ਅੱਖਾਂ ਜੀ ਅੱਖਾਂ ਪਾ ਮਿਲੀਆਂ ਕਹਾਂਗੇ ਮਾਸ਼ਾਅੱਲਾ, ਵਾਹ ਜੀ ਵਾਹ ਵਾਹ ਜੀ ਵਾਹ ਰਾਏ ਸਾਹਿਬ, 400 kg ਵਜ਼ਨ ਹੋਵੇਗਾ, ਕਿੰਨੇ ਮਹੀਨੇ ਦੀ ਗੱਬਣ ਹੋਵੇਗੀ ਜਨਾਬ, ਇਹ ਚੈੱਕ ਕਰਾਵਾ ਨਾ। ਲਓ ਜੀ ਤਕਰੀਬਨ 6 ਮਹੀਨੇ ਦੀ ਗੱਬਣ ਹੈ। ਲਓ ਜੀ 6 ਮਹੀਨੇ ਦੀ ਗੱਬਣ ਹੈ ਜੀ ਮਾਸ਼ਾਅੱਲਾ, ਸੋਹਣੀ ਚੀਜ਼ ਹੈ ਜੀ। ਤਕਰੀਬਨ 390 ਹੋ ਜਾਵੇ, 385 ਹੋ ਜਾਵੇ, 410 ਹੋ ਜਾਵੇ, ਅੱਛਾ ਅੱਛਾ ਵਜ਼ਨ ਦੀ ਐਵਰੇਜ ਹੈ ਜੀ। ਠੀਕ ਹੈ ਜੀ ਮਾਸ਼ਾਅੱਲਾ। ਲਓ ਜੀ ਕਰਨਾ ਹੈ ਸ਼ੌਕ, ਰਾਏ ਅੱਖ ਜਵੇ ਸਾਹਿਬ ਦੇ ਡੇਰੇ ਤੇ ਆਓ, ਜੋਟੀ ਦਾ ਕੈਮਰਾ ਮਾਰੋ, ਵਾਹ ਜੀ ਵਾਹ, ਮਾਸ਼ਾਅੱਲਾ ਕੱਦ ਪੁੱਤ ਚੈੱਕ ਕਰਾਓ, ਵੇਲ ਚੈੱਕ ਕਰਾਓ, ਮਾਸ਼ਾਅੱਲਾ ਜੀ ਚੈੱਕ ਕਰੋ, ਜੋਟੀ ਚੈੱਕ ਕਰੋ, ਮਾਸ਼ਾਅੱਲਾ ਵਾਹ ਜੀ ਵਾਹ ਮਾਸ਼ਾਅੱਲਾ ਸਾਹਿਬ, 3 ਮਹੀਨੇ ਦੀ ਕੱਪੜ, ਸਿਰਫ 3 ਮਹੀਨੇ ਦੀ, ਚੈੱਕ ਕਰੋ ਸੂਰਤ ਚੈੱਕ ਕਰੋ, 4 ਡਾਲ ਚੈੱਕ ਕਰੋ, ਉਸੇ ਮੈਂ ਜੰਦੀ ਬੇਲਾ ਦਾ ਸਾਹਿਬ, ਹਾਂ ਅੱਲਾ ਦੇ ਹੁਕਮ ਨਾਲ ਚੋਖੀਆਂ ਗਰੰਟੀਆਂ ਕੋਣੀ, ਹਾਂ ਚੋਖੀਆਂ ਗੱਲਾਂ ਬਾਤਾਂ ਕੋਣੀ, ਮਾਸ਼ਾਅੱਲਾ ਅੱਲਾ ਦੇ ਹੁਕਮ ਨਾਲ 6 ਲੱਖ ਦੀ ਤਿਆਰ ਹੋ ਜਾਵੇਗੀ ਇਹ ਜੋਟੀ, ਇਹ ਜੋਟੀ ਮੈਂ ਇਹ ਨਹੀਂ ਅੱਲਾ ਕਿ 10 ਲੱਖ ਦੀ ਤਿਆਰ ਹੋਵੇਗੀ, ਹਾਂ ਮੈਂ ਇਹ ਨਹੀਂ ਅੱਲਾ ਕਿ 8 ਲੱਖ ਦੀ ਤਿਆਰ ਹੋਵੇਗੀ, ਹਾਂ ਲੇਕਿਨ 6 ਕੁ ਲੱਖ ਤੱਕ ਕਰਨ ਦੀ ਐਵਰੇਜ ਤਿਆਰ ਹੋਵੇਗੀ ਮਾਸ਼ਾਅੱਲਾ। ਠੀਕ ਹੈ, ਇੰਨੀ ਕੁ ਸਾਨੂੰ ਵੀ ਉਮੀਦ ਹੈ ਜੋਟੀ ਤੇ ਹੈਗੀ ਹੈ, ਅਸੀਂ ਐਵੇਂ ਲੋਕਾਂ ਦੇ ਨਾਲ ਨਹੀਂ ਆਖਣਾ ਕਿ ਸਾਡੀ ਜੋਟੀ 8 ਲੱਖ ਦੀ ਤਿਆਰ ਹੋਣੀ ਹੈ, ਸਾਡੀ ਜੋਟੀ ਤਿਆਰ ਹੋਈ 10 ਲੱਖ ਦੀ ਤਿਆਰ ਹੋਣੀ ਹੈ, 10 ਲੱਖ ਦੀ ਜੋਟੀ ਤਿਆਰ ਜਿਹੜੀ ਹੁੰਦੀ ਹੈ ਨਾ ਉਹ ਜੋਟੀ ਹੁੰਦੀ ਹੈ, ਹਾਂ ਬਿਲਕੁਲ, ਇਹਦੀਆਂ ਜੋਟੀਆਂ ਜਿਹੜੀਆਂ ਸਾਡੇ ਕੋਲ ਨੇ ਆਣੇ ਨਾ ਜੋਟੀਆਂ, ਵੱਧ ਤੋਂ ਵੱਧ ਛਾਲ ਮਾਰੀ 5 ਦੀ 6 ਦੀ 7 ਦੀ, ਹਾਂ ਸਹੀ ਗੱਲ ਹੈ। ਠੀਕ ਹੈ, ਜਿਹੜੀਆਂ 10 ਲੱਖ ਦੀਆਂ ਤਿਆਰ ਹੁੰਦੀਆਂ ਨੇ ਨਾ ਅਦਰ ਸਾਹਿਬ, ਉਹ ਬਰੀਡ ਹੁੰਦਾ ਚੰਗਾ, ਹਾਂਜੀ ਗੱਲ ਸੱਚੀ ਹੈ ਸਾਹਿਬ ਤੁਸੀਂ ਕੀਤੀ ਹੈ, ਆ ਥੱਲਾ ਚੈੱਕ ਕਰਾ ਜੀ ਮਾਸ਼ਾਅੱਲਾ, ਵੇ ਪਰਾਂਦਾ ਕਿਆ ਬਾਤ ਹੈ ਮਾਸ਼ਾਅੱਲਾ, ਥਣ ਦੇ ਲੱਕ ਹੋਣੇ ਥਣ ਹੋਵੇਗਾ ਅੱਲਾ ਦੇ ਹੁਕਮ ਨਾਲ, ਕੋਈ ਥਣ ਦੇ ਨਾਲ ਕੋ ਵਾਧਾ ਘਾਟਾ ਤੇ ਫਿਰ ਵੀ ਜਵਾਬਦਾਰ, ਕਿਸੇ ਛੋਟੀ ਦੇ 5 ਥਣ ਹੋਣ, ਕਿਸੇ ਛੋਟੀ ਦੇ 3 ਥਣ ਹੋਣ, ਅਸੀਂ ਉਹਦੇ ਜਵਾਬਦਾਰ, ਓਏ ਹੋਏ ਹੋਏ, ਕਿਆ ਬਾਤ ਹੈ ਮਾਸ਼ਾਅੱਲਾ ਮਾਸ਼ਾਅੱਲਾ, ਬਦੀਨ ਹੀ ਆ ਆਏ ਹੋ, ਓਏ ਯਾ ਅਸਲ ਬਦੀਨ ਜਿਹੜੇ ਲੋਕੀ ਗੱਲਾਂ ਕਰਦੇ ਨੇ ਨਾ, ਮਾਲ ਨਹੀਂ ਵਿਕਦਾ ਕੋਝਾ ਮਾਲ ਹੁੰਦਾ, ਉਹ ਬਦੀਨ ਦੀ ਬਣਾ ਦਿੰਦੇ ਨੇ, ਕੋਈ ਕੋਈ ਬਣਾ ਦਿੰਦੇ ਨੇ, ਉਹਨਾਂ ਨੂੰ ਦੱਸਣ ਵਾਸਤੇ ਛੋਟੀ ਲਿਆਂਦੀ ਹੈ ਕਿ ਆਹੀ ਬਦੀਨ ਹੈ, ਆਹੀ ਪਛਾਣ ਕਰ ਲਾ, ਹਾਂ ਪਛਾਣ ਕਰ ਲਓ ਜੀ, ਫਿਰ ਵੀ ਦੱਸੇ ਵੀਡੀਓ ਦਾ ਤਾਂ ਕੁਝ ਸੋਚ ਕੇ ਤਾਂ ਦੱਸੇ, ਹਾਂ ਬਿਲਕੁਲ ਕੋਈ ਜੀ, ਆਹੀ ਬਦੀਨ ਹੈ ਮਾਸ਼ਾਅੱਲਾ, ਚੈੱਕ ਕਰੋ ਜੀ ਵਾਹ ਜੀ ਵਾਹ, ਕੀ ਬਾਤ ਹੈ, ਉਹਨੇ ਨਸਲ ਦੀ ਬੱਚਾ, ਹਾਂ ਸਿੰਗੀ ਵੇਖੰਦੀ, ਹਾਂ ਕੀ ਬਾਤ ਹੈ ਜੀ, ਠੀਕ ਹੈ ਮਾਸ਼ਾਅੱਲਾ, ਕੱਦ ਪੁੱਤ ਵੇਲ ਚੈੱਕ ਕਰਾ, ਵਾਹ ਜੀ ਵਾਹ ਜੀ, ਚੈੱਕ ਕਰਾ ਨਜ਼ਰ ਵੀ ਭਰਮਣ ਹੋਏ, ਅੱਗੋ ਵੇਖ ਜੋਟੀ ਦਾ ਪਿੱਛੋਂ ਵੇਖ, ਠੀਕ ਹੈ ਸਾਡੇ 6 ਮਹੀਨੇ ਦੀ ਗੱਬਣ, ਲੁੱਟ ਲਓ ਮੌਜਾਂ ਤੇ ਲੈ ਲਓ ਨਜ਼ਾਰੇ, ਹਰ ਚੀਜ਼ ਸੋਨਾ ਵੀ ਨਹੀਂ ਹੁੰਦੀ ਮਾਸ਼ਾਅੱਲਾ ਜੀ, ਵਾਹ
ਲੇਕਿਨ ਉਹ ਕੁਆਲਿਟੀ ਫਿਰ ਆਪਣੀ ਹੈ ਨਹੀਂ ਜੀ, ਵੇਖੋ ਚੈੱਕ ਕਰੋ ਜੀ ਮਾਸ਼ਾਅੱਲਾ ਅਦਬ ਸਾਹਿਬ ਬਦੀਨ ਨਾਲੋਂ ਹਾਂ ਵੱਧ ਕੇ ਛੋਟੀਆਂ ਖਲੋਤੀਆਂ ਨੇ ਅੱਲਾ ਦੇ ਹੁਕਮ ਦੇ ਨਾਲ ਹਲੀ ਜਾਣੇ ਮਾਸ਼ਾਅੱਲਾ ਠੀਕ ਹੈ ਬਦੀਨ ਦਾ ਬਦੀਨ ਰਹਿ ਗਈ ਪਰ ਬਦੀਨ ਦੀ ਵੀ ਪਿਓ ਮਾਵਾਂ ਇੱਥੇ ਖਲੋਤ ਭੱਜ ਗਈਆਂ ਭੱਜੀਆਂ ਨੇ ਬਿਲਕੁਲ ਜੀ ਹਰ ਚੀਜ਼ ਦਾ ਆਪਣੀ ਨਸਲ ਦਾ ਆਪਣਾ ਫਰਕ ਹੁੰਦਾ ਮਾਸ਼ਾਅੱਲਾ ਆਹ ਚੀਜ਼ ਚੈੱਕ ਕਰੋ ਕੀ ਬਾਤ ਹੈ ਜੀ ਵਾਹ ਜੀ ਵਾਹ ਵਾਹ ਚਾਲ ਟੋਰ ਨਵਾਬੀ ਦੁਬਾਰਾ ਚੈੱਕ ਕਰੋ ਲੰਮੀ ਬੂਥੀ ਕਦ ਚੈੱਕ ਥੋੜੀ ਜੀ ਮਿਹਨਤ ਕੀਤੀ ਜਾਵੇ ਛੁੱਟੀ ਦੇ ਗੱਲਾਂ ਮੈਂ ਕਰਨਾ ਛੁੱਟੀਆਂ ਪਤਲੀਆਂ ਲਵੋ ਰਿਸੀਆਂ ਲਵੋ ਹਾਂਜੀ ਕੱਲ ਨੂੰ ਫਾਇਦਾ ਤੁਹਾਨੂੰ ਹੈ ਸਾਨੂੰ ਫਾਇਦਾ ਨਹੀਂ ਇਹ ਗੱਲਾਂ ਜਿਹੜੀਆਂ ਦੱਸਾਂ ਮੈਂ ਕਰਨ ਡਿਆ ਕੋਈ ਯੂਟਿਊਬਰ ਕਰਦਾ ਤੇ ਮੇਰੇ ਸਾਹਮਣੇ ਆਣ ਕੇ ਪਾਓ ਗੱਲ ਸੱਚੀ ਹੈ ਠੀਕ ਹੈ ਕੋਈ ਬੰਦਾ ਯੂਟਿਊਬ ਤੇ ਜਿਹੜਾ ਕਾਰੋਬਾਰ ਬੰਦਾ ਕਰਦਾ ਹੈ ਨਾ ਉਹ ਗੱਲ ਸੱਚੀ ਨਹੀਂ ਕਰੇਗਾ ਨਹੀਂ ਕਰੇ ਮੈਂ ਇਹ ਗੱਲ ਕਰਨਾ ਮੇਰੇ ਕੋਲ ਮੋਟੀਆਂ ਛੋਟੀਆਂ ਵੀ ਬੱਜੀਆਂ ਨੇ ਇੱਕ ਦੋ ਛੋਟੀਆਂ ਪਤਲੀਆਂ ਨੇ ਮੈਂ ਇਹ ਆਣਾ ਕਿ ਭਰਾਵਾਂ ਦਾ ਫਾਇਦਾ ਹੋਵੇ ਹਾਂਜੀ ਠੀਕ ਹੈ ਯਾਰ ਸਾਨੂੰ ਤਾਂ ਜੋ ਰਿਜ਼ਕ ਅੱਲਾ ਪਾਕ ਨੇ ਦੇਣਾ ਦੇਣਾ ਹੀ ਦੇਣਾ ਦੇਣਾ ਹੀ ਠੀਕ ਹੈ ਜਿਹੜੇ ਬੰਦੇ ਲੈ ਕੇ ਜਾਂਦੇ ਨੇ ਕੱਲ ਨੂੰ ਫਿਰ ਦੁਬਾਰਾ ਆਵਣਗੇ ਦੁਬਾਰਾ ਆਵਣਗੇ ਠੀਕ ਹੈ ਜੇਕਰ ਕਿਸੇ ਨੂੰ ਕੋਈ ਸ਼ਾਇਦ ਦੋ ਆਨੇ ਬਚਣਗੇ ਤੇ ਆਵੇਗਾ ਬਿਲਕੁਲ ਸਹੀ ਗੱਲ ਅੱਲਾ ਪਾਕ ਦਾ ਸ਼ੁਕਰ ਹੈ ਜਿਹੜਾ ਲੈ ਕੇ ਜਾਂਦਾ ਰਿਜ਼ਕ ਅੱਲਾ ਉਹਨਾਂ ਨੂੰ ਦਿੰਦਾ ਦਿੰਦਾ ਲੇਕਿਨ ਪਤਲੀ ਝੋਟੀ ਲਿੱਸੀ ਝੋਟੀ ਦਾ ਬੜਾ ਹੀ ਫਾਇਦਾ ਫਾਇਦਾ ਡਬਲ ਫਾਇਦਾ ਜੀ ਠੀਕ ਹੈ ਇਧਰ ਮਾਸ਼ਾਅੱਲਾ ਚੈੱਕ ਕਰੋ ਜੀ ਕਿੰਨੇ ਮਹੀਨੇ ਗੱਬਣ ਹੈ ਇਹ ਜੀ ਸਰ 4 ਮਹੀਨੇ ਦੀ ਗੱਬਣ ਹੈ ਲੰਮੀਆਂ ਵੇਲਾਂ ਮਾਸ਼ਾਅੱਲਾ ਮਾਸ਼ਾਅੱਲਾ ਜੀ ਠੀਕ ਹੋ ਗਿਆ ਕਿਆ ਬਾਤ ਹੈ ਸਾਹਿਬ ਮਾਸ਼ਾਅੱਲਾ ਜੀ ਰੇਟ ਫਿਰ ਦੱਸ ਦਈਏ 580 ਰੁਪਏ ਕਿਲੋ 580 ਰੁਪਏ ਕਿਲੋ 580 ਰੁਪਏ ਕਿਲੋ ਜਿਹੜੀ 2-3-4 ਮਹੀਨੇ ਤੱਕ ਰਹੇ ਠੀਕ ਹੈ ਜਿਹੜੀ ਉੱਤੇ ਲਵਣਗੇ 650 ਰੁਪਏ ਕਿਲੋ ਹੈ ਅੱਛਾ ਜਿਹੜੀ ਸਜਾ ਹੋਏਗੀ ਜਿਹੜੀ 5 ਦੀ 6 ਦੀ 7 ਦੀ 8 ਦੀ ਉਹ ਲਵਣਗੇ 650 ਰੁਪਏ ਕਿਲੋ ਜਿਹੜੀਆਂ ਦੂਈਆਂ ਨੇ 580 ਰੁਪਏ ਕਿਲੋ ਸਹੀ ਲਾਓ ਕੈਮਰਾ ਮਾਸ਼ਾਅੱਲਾ ਜੀ ਵਾਹ ਜੀ ਵਾਹ ਠੀਕ ਹੈ ਇਹ ਤਾਂ ਬੁੱਥੀ ਲਾਓ ਕੈਮਰਾ ਲੱਗੀ ਝੋਟੀ ਕੋਈ ਵਾਧਾ ਘਾਟਾ ਹੁੰਦਾ ਤੇ ਮੈਂ ਜਵਾਬਦਾਰ ਆ ਮੈਂ ਪੈਸੇ ਲੈਣੇ ਨੇ ਬਿਲਕੁਲ ਮੈਂ ਜਵਾਬਦਾਰ ਆ ਹਰ ਗੱਲ ਦਾ ਹਾਂਜੀ ਠੀਕ ਹੋ ਗਿਆ ਮਾਸ਼ਾਅੱਲਾ ਚੱਲ ਚੱਲ ਚੈੱਕ ਕਰੋ ਮਾਸ਼ਾਅੱਲਾ ਹਾਏ 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 ਹੈਂ
ਨਵਾਬੀ ਸ਼ਹਿਰ ਹੈ। ਲਓ ਜੀ ਦੂਸਰੀ ਸੈਰ ਸ਼ੁਰੂ ਹੋ ਗਈ ਜੀ, ਮਾਸ਼ਾ ਅੱਲਾਹ। ਲਓ ਜੀ ਕਮਾਈ ਹੋ, ਹਾਏ 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 ਮਾਸ਼ਾ ਅੱਲਾਹ। ਪਾਵਨ ਬੇਤੜਕ ਹੋ ਕੇ 24 ਘੰਟਿਆਂ ਚ 24 ਘੰਟੇ ਇੱਥੇ ਮੌਜੂਦ ਹੈ, ਠੀਕ ਹੋ ਗਿਆ। ਪਸੰਦ ਆਪਣੀ ਕਰ ਲਈਏ, ਮਾਲ ਕੁਆਲਿਟੀ ਵਾਲਾ ਅਸੀਂ ਦੇਵਾਂਗੇ, ਬਿਲਕੁਲ ਸਹੀ, ਠੀਕ ਹੈ। ਪਸੰਦ ਚ ਅਸੀਂ ਨਹੀਂ ਬੋਲ ਸਕਦੇ ਕਿ ਆਹ ਛੱਡ ਦਿਓ ਤੇ ਆਹ ਪਾ ਲਓ, ਇਹ ਛੱਡ ਦਿਓ ਤੇ ਆਹ ਪਾ ਲਓ। ਹਾਂਜੀ, ਆਪਣੀ ਮਰਜ਼ੀ ਦੀਆਂ ਲਵਣ ਤਕਰੀਬਨ 70-80 ਜਾਨਵਰ, 100 ਜਾਨਵਰ ਮੌਜੂਦ ਹੋਵੇਗਾ, ਬਿਲਕੁਲ ਸਹੀ, ਮੌਕੇ ਤੇ, ਠੀਕ ਹੋ ਗਿਆ। ਇੱਥੇ ਲਾਓ ਕੈਮਰਾ, ਚੈੱਕ ਕਰੋ ਜੀ, ਮਾਸ਼ਾ ਅੱਲਾਹ, ਅੱਖਾਂ ਚੈੱਕ ਕਰੋ ਬਿੱਲੀ ਵਾਂਗੂ, ਇਹ ਵੇਖੋ ਮਾਸ਼ਾ ਮਾਤਾ ਜੀ, ਜਿਵੇਂ ਜੇ ਲਈਆਂ ਇਹ ਵਿਖਾਈ ਆਣੇ ਜੀ, ਅਸੀਂ ਤਾਂ ਦੋ ਭਰਾਵਾਂ ਬੋਲਣਾ ਹੀ ਨਹੀਂ ਦਾ, ਮਾਸ਼ਾ ਅੱਲਾਹ। ਆਹ ਚੈੱਕ ਕਰੋ ਜੀ, ਮਾਸ਼ਾ ਅੱਲਾਹ, ਕੀ ਬੁੱਥੀ ਇਹ ਵੇਖ, ਆਹ ਆਹ ਚੈੱਕ ਕਰੋ, ਵਾਹ ਜੀ ਵਾਹ, ਵਾਹ ਜੀ ਵਾਹ। ਨਾ ਚੁੰਨੀ ਨਾ ਚੁੰਨੀ ਨਾ ਕੋਲੇ, ਇੱਧਰ ਆਓ, ਇੱਥੋਂ ਕੁਸ਼ਣ ਲੱਭਣਾ, ਆ ਵੇਖ ਲਓ ਜੀ, ਇੱਧਰ ਆ ਵੇਖੋ ਜੀ, ਇੱਧਰ ਮੁੜ ਕੇ, ਇੱਧਰ ਮਾਰ ਪੂਛ ਤੇ, ਆਏ ਕਾਲੀ ਸ਼ਾ ਤੇ ਮੁੜ ਬਰੀਕ ਪੂਛ, ਆਏ ਹਾਏ ਹਾਏ, ਇਹ ਵੇਖੋ ਵਾਕੇ ਜੋੜਾ ਤੇ ਮੁੱਲ ਬੜਾ ਥੋੜਾ, ਮਾਸ਼ਾ ਅੱਲਾਹ, ਮਾਲ ਗੱਡੀ ਚ ਸਫ਼ਰ ਕਰਕੇ ਆਇਆ। ਚਲੋ ਇੱਥੇ ਆਓ, ਵੇਖੋ ਨਾ ਚੁੰਡੀ ਨਾਲ, ਇਹ ਨੀ ਕਿ ਰੋਗ ਨਹੀਂ ਬਰੰਡ ਹੈ, ਇਹ ਵੇਖੋ, ਚੀਜ਼ਾਂ ਕੁਆਲਿਟੀ ਦੀਆਂ, ਹਰ ਕੈਟਾਗਰੀ ਦਾ ਮਾਲ ਇੱਥੇ ਲੱਭਦਾ ਜੇ, ਸੋਚੀ ਪਿਆ ਤੇ ਬੰਦਾ ਗਿਆ। ਗੱਲਾਂ ਤੇ ਬੜੀਆਂ ਬੜੀਆਂ ਲੋਕ ਕਰ ਜਾਂਦੇ ਨੇ, ਅੱਜ ਅਸੀਂ ਬੜੀ ਮੁਹੱਬਤ ਨਾਲ, ਚਾਹਤ ਨਾਲ ਵੀਡੀਓ ਬਣਾਈਏ, ਤੇ ਉਸੇ ਤਰੀਕੇ ਮੈਂ ਦੋਸਤਾਂ ਨੂੰ ਕਹਿਣਾ, ਸ਼ੇਅਰ ਕਰਨੀ ਹੈ, ਲਾਈਕ ਕਰਨਾ ਹੈ, ਔਰ ਕਮੈਂਟਸ ਦਾ ਦਾਗ ਕਰਨਾ ਹੈ। ਝਟਕੇ ਤਰੀਕੇ ਨਾਲ ਚੱਲਣਾ, ਬਿਲਕੁਲ ਆਵੋ, ਪਸੰਦ ਕਰੋ, ਠੀਕ ਹੈ, ਜੋ ਫਿਰ ਕੇ ਆ ਜਾਓ, ਲਾਕਾ ਫਿਰ ਕੇ ਆ ਜਾਓ, ਇੰਨੇ ਬੰਦੇ ਯੂਟਿਊਬਰ ਦੇ ਮਾਲ ਵੇਚਦੇ, ਪਰ ਫਿਰ ਕੇ ਆ ਜਾਓ, ਠੀਕ ਹੈ। ਅਸੀਂ ਇਹ ਨਹੀਂ ਆਂਦੇ ਕਿ ਡਰੱਗ ਆਵੋ, ਲੇਕਿਨ ਬਿਹਤਰ ਇਹ ਹੀ ਹੈ ਕਿ ਫਿਰ ਫੜਾ ਕੇ ਆਓ, ਸੰਡ ਤੇ ਸਾਡੇ ਕੋਲ ਆਓ, ਜੇ ਅੱਲਾ ਦੇ ਹੁਕਮ ਨਾਲ ਇੱਥੋਂ ਮਾਲ ਇਨਸ਼ਾਅੱਲਾ ਤੁਹਾਡੇ ਪਸੰਦ ਆਵੇਗਾ, ਤੁਹਾਡੀ ਮਰਜ਼ੀ ਦਾ ਹੋਵੇ, ਜਿਵੇਂ ਦਾ ਤੁਸੀਂ ਖੁਆਇਸ਼ ਮੰਨਦੇ ਨਾ, ਕਿ ਅਸੀਂ ਇਹਦੀ ਖੁਆਇਸ਼ ਰੱਖਣੇ ਆ ਮਾਲ ਦੀ, ਅੱਲਾ ਦੇ ਹੁਕਮ ਨਾਲ ਉਹ ਇੱਥੋਂ ਹੀ ਲੱਭਣਾ, ਬਿਲਕੁਲ ਸਹੀ ਗੱਲ ਹੈ, ਇੱਥੇ ਲਾਓ ਕੈਮਰਾ, ਲੱਗਿਆ ਹਲਾ ਜੀ, ਮਾਸ਼ਾਅੱਲਾ, ਚੈੱਕ ਕਰੋ, ਇੱਥੇ ਲਾਓ ਕੈਮਰਾ, ਮਾਸ਼ਾਅੱਲਾ,
ਵਾਹ ਜੀ ਵਾਹ, ਵਾਹ ਜੀ ਵਾਹ, ਕੱਲਾ ਕੱਲਾ ਥਣ ਵੇਖ ਕਿੱਥੇ ਕਿੱਥੇ ਅੱਲਾ ਪਾਕ ਨੇ ਲਾਇਆ। ਸਾਡੇ 7-8 ਮਹੀਨੇ ਦੀ ਕੱਪੜ ਨੇ, ਸਾਡੇ 7 ਮਹੀਨੇ ਦੀ ਕੱਪੜ ਨੇ, ਮਾਸ਼ਾਅੱਲਾ। ਵਾਹ ਜੀ, ਚੈੱਕ ਕਰੋ ਛੋਟੀ, ਲਓ ਜੀ ਚੈੱਕ ਕਰੋ, ਤਸੱਲੀ ਨਾਲ ਲਓ ਜੀ। ਇੱਕ ਹੋਰ ਆ ਗਈ ਜੀ, ਮਾਸ਼ਾਅੱਲਾ। ਵਾਹ ਜੀ ਵਾਹ, ਵਾਹ ਜੀ ਵਾਹ, ਤਸੱਲੀ ਕਰੋ। ਵਾਹ ਜੀ, ਇੱਕ ਹੋਰ ਕੱਦ ਕਾਟ, ਮਾਸ਼ਾਅੱਲਾ ਮਾਸ਼ਾਅੱਲਾ। ਕਮੈਂਟਸ ਦਾ ਜ਼ਾਰ ਲਾਜ਼ਮੀ ਕਰਨਾ ਹੈ, ਚੰਗਾ ਪਾਣ ਲੱਗਾ ਤੇ ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਨਾ। ਹਾਂਜੀ ਠੀਕ ਹੈ, ਲਓ ਜੀ ਅੱਗੇ ਵੀ ਚੈੱਕ ਕਰੋ, ਮਾਸ਼ਾਅੱਲਾ ਜੀ। ਲਓ ਜੀ ਵਾਹ ਜੀ ਵਾਹ, ਛੋਟੀ ਕੱਟੀ ਕਾਲੀ ਸ਼ਾਮ, ਸਿਰ ਤੋਂ ਲੈ ਕੇ ਪੈਰਾਂ ਤੱਕਰ ਬਿਲਕੁਲ ਨਹੀਂ ਗੱਲ, ਇਤਮਾਲ ਵੀ ਨਹੀਂ ਚਿੱਟਾ ਹੋਵੇਗਾ ਲਾਜ਼ਰ ਸਾਹਿਬ, ਸਿਰ ਤੋਂ ਲੈ ਕੇ ਪੈਰਾਂ ਤੱਕਰ ਮਾਸ਼ਾਅੱਲਾ। ਇਹ ਚੈੱਕ ਕਰਾਓ ਸਿੰਘੀ ਵੇ ਕਰਮਾ ਵਾਲੀ, ਵਾਹ ਜੀ। ਲਓ ਜੀ ਹੁਣ ਪਿੱਛੇ ਚੈੱਕ ਕਰੋ, ਮਾਸ਼ਾਅੱਲਾ ਜੀ ਅੱਗੇ ਵੀ ਆ ਜਾਓ। ਲਓ ਜੀ ਜੁੱਠੀ ਆ ਗਈ ਜੀ, ਮਾਸ਼ਾਅੱਲਾ। ਵਾਹ ਜੀ ਵਾਹ, ਵਾਹ ਜੀ ਵਾਹ, ਮਾਸ਼ਾਅੱਲਾ। ਜਿਹੜੀ ਜ਼ਿਆਦਾ ਲਾਣਗੇ 5-6-7-8-8 ਤੀਕਰ ਹੈ, ਉਹ 650 ਰੁਪਏ ਕਿਲੋ। ਬਿਲਕੁਲ ਠੀਕ ਹੈ, 10 ਜੋੜੀਆਂ ਜਿਹੜਾ ਬੰਦਾ ਲਵੇਗਾ ਉਹਨੂੰ 300 ਕਿਲੋਮੀਟਰ ਤੱਕ ਡਿਲੀਵਰੀ ਮਿਲੇਗੀ, ਜਿਹੜਾ 6-7 ਲਵੇਗਾ ਉਹਨੂੰ ਜਨਾਬ ਅੱਧੀ ਡਿਲੀਵਰੀ ਮਿਲੇਗੀ। ਅੱਛਾ, ਜਿਹੜਾ 6-7 ਜੋੜੀਆਂ ਲਵੇਗਾ ਉਹਨੂੰ ਅੱਧੀ ਡਿਲੀਵਰੀ, ਜਿਹੜਾ 10 ਲਵੇਗਾ 300 ਕਿਲੋਮੀਟਰ ਤੱਕ ਡਿਲੀਵਰੀ ਦਿਆਂਗੇ। ਕੀ ਬਾਤ ਹੈ ਜੀ ਭਾਈ ਜਾਨ, ਮਾਸ਼ਾਅੱਲਾ ਜੀ। ਅੱਜ ਉਵੇਂ ਐਂ ਥੋੜਾ ਵਿਊਜ਼ ਵਹਾ ਦਈਏ ਜੀ। ਲਓ ਜੀ ਆਹ ਚੈੱਕ ਕਰੋ ਜੀ, ਮਾਸ਼ਾਅੱਲਾ। ਇੱਧਰ ਆ ਚੈੱਕ ਕਰ ਲਓ, ਤਸੱਲੇ ਕਰੋ ਜੀ, ਮਾਸ਼ਾਅੱਲਾ ਜੀ। ਵਾਹ ਜੀ ਵਾਹ, ਜੋੜੀਆਂ ਇੱਕ ਦੂਜੇ ਬਾਅਦ ਇਹ ਨਾ ਸਮਝਿਆ ਜੇ ਤਾਂ ਵੀਡੀਓ ਮੈਂ ਇਸ ਵਾਸਤੇ ਸ਼ਾਰਟ ਕਰ ਦਿੱਤੀ ਹੈ ਮੈਂ। ਚਲੋ ਮਾਸ਼ਾਅੱਲਾ, ਲਓ ਜੀ ਇਹ ਵੀ ਚੈੱਕ ਕਰ ਲਓ, ਇਹ ਵੀ ਚੈੱਕ ਕਰੋ ਮਿੰਨੀ, ਮਾਸ਼ਾਅੱਲਾ। ਵਾਹ ਜੀ ਵਾਹ, ਵਾਹ ਜੀ ਵਾਹ, ਸਾਰਿਆਂ ਥੱਲੇ ਵੱਧ ਤੋਂ ਵੱਧ ਨੇ ਜੋੜਾ ਕਿੰਨੇ ਦਾ? ਇਹ ਜੋੜਾ ਜੀ ਬੱਕਰਿਆਂ ਦਾ, ਇਹਨਾਂ ਦੀ ਇੱਕ ਦੁੰਦ ਦੰਦ ਕੱਟਣ ਦੇ, ਦੁੰਦਾ ਹੋ ਗਿਆ। ਮਾਸ਼ਾਅੱਲਾ ਜੀ, ਥੈਂਕ ਯੂ। ਵੀਡੀਓ ਦੇ ਵਿੱਚ ਗੱਲ ਕਰਤੀ ਰਾਜ ਸਾਹਿਬ ਨੇ, ਅਸੀਂ ਗਿਫਟ ਲੈ ਕੇ ਜਾ ਰਹੇ ਹਾਂ। ਅਗਰ ਕੋਈ ਦੋਸਤ ਜ਼ਰਾਤ ਲੈਣਾ ਚਾਹੁੰਦਾ, ਬੱਕਰਿਆਂ ਦਾ ਸ਼ੌਕ ਕਰਨਾ ਚਾਹੁੰਦਾ, ਇਹ 2 ਬੱਕਰੇ ਕੀਮਤ ਸਿਰਫ 2.5 ਲੱਖ ਰੁਪਈਆ। ਜਲਦੀ ਕਰੋ, ਨੰਬਰ ਮਿਲਾ ਲਓ, ਫਾਇਦਾ ਉਠਾ ਲਓ। ਚਲੋ ਜੀ ਠੀਕ ਹੈ ਸਰ, ਬਹੁਤ ਮਿਹਰਬਾਨੀ, ਤੁਸੀਂ ਕੀਮਤੀ ਟਾਈਮ ਦਿੱਤਾ ਜੀ। ਅਗਰ ਤੁਹਾਨੂੰ ਸਾਡੀ ਵੀਡੀਓ ਲੱਗੇ ਚੰਗੀ ਤੇ ਲਾਜ਼ਮੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਦੋਵਾਂ ਯਾਦ ਰੱਖੋ। ਨੈਕਸਟ ਵੀਡੀਓ ਤੱਕ ਇੰਤਜ਼ਾਰ ਕਰੋ, ਆਪਣੇ ਭਰਾ ਜੀ ਦੇ ਖਾਨ ਦੀ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ।